ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ। ਨਾਜ਼ਰੀਨ ਸੋਹਣਾ ਪੰਜਾਬ ਪ੍ਰੋਗਰਾਮ ਵਿੱਚ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਮੁਕੱਦਸ ਮਲਿਕ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਔਰ ਇਸ ਸ਼ੌਕ ਨੂੰ ਫੁਲਫਿਲ ਕਰਨ ਵਾਸਤੇ ਕਾਫੀ ਤਾਜ਼ੇਦਾਰ ਲੋਕ ਆਪਣੇ ਆਪਣੇ ਇਲਾਕਿਆਂ 'ਚ ਨੇਜ਼ਾਬਾਜ਼ੀ ਦੀ ਖੂਬਸੂਰਤ ਸਕਾਫਤ ਦਾ ਗਰਾਊਂਡ ਸਜਾਉਂਦੇ ਨੇ, ਔਰ ਆਪਣੇ ਆਪ ਨੂੰ ਇਸ ਤਰ੍ਹਾਂ ਇੰਟਰੋਡਿਊਸ ਕਰਦੇ ਨੇ ਔਰ ਮਹਿਮਾਨ ਨਵਾਜ਼ੀ 'ਚ ਦਰਜਾ ਅਵਲ 'ਚ ਆਪਣਾ ਨਾਮ ਲਿਖਵਾਉਂਦੇ ਨੇ। ਮੈਂ ਸਮਝਦੀ ਹਾਂ ਕਿ ਇੰਨਾ ਖੂਬਸੂਰਤ ਤਰੀਕੇ ਨਾਲ ਨੇਜ਼ਾਬਾਜ਼ੀ ਦੇ ਇਵੈਂਟਸ ਨੂੰ ਔਰਗਨਾਈਜ਼ ਕਰਨਾ, ਉਸ ਤੋਂ ਬਾਅਦ ਮਹਿਮਾਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੈਲਕਮ ਕਰਨਾ, ਨੇਜ਼ਾਬਾਜ਼ੀ ਦੇ ਤਮਾਮ ਜਿੰਨੀ ਵੀ ਅਸੂਲ ਨੇ ਉਹਨਾਂ ਨੂੰ ਫੋਲੋ ਕਰਨਾ, ਕੋਈ ਅਗਰ ਜਾਣਨਾ ਚਾਹੇ, ਕੋਈ ਪੁੱਛਣਾ ਚਾਹੇ, ਕੋਈ ਸਿੱਖਣਾ ਚਾਹੇ, ਤਾਂ ਸਭ ਤੋਂ ਵੱਡੀ ਸਕਾਫਤੀ ਸ਼ਖਸੀਅਤ ਜਿਨ੍ਹਾਂ ਨੇ ਘੋੜਿਆਂ ਨਾਲ ਲਗਾਓ ਲਾਇਆ ਔਰ ਨੇਜ਼ਾਬਾਜ਼ੀ ਦੀ ਖੂਬਸੂਰਤ ਸਕਾਫਤ ਦਾ ਆਗਾਜ਼ ਕੀਤਾ, ਉਹਨਾਂ ਕੋਲ ਪੁੱਛੇ। ਅੱਜ ਅਸੀਂ ਮੌਜੂਦ ਹਾਂ ਆਜ਼ਾਦ ਕਸ਼ਮੀਰ ਦੇ ਜ਼ਿਲ੍ਹਾ ਮੀਰਪੁਰ ਦੀ ਤਹਿਸੀਲ ਖੜੀ ਸ਼ਰੀਫ ਵਿੱਚ, ਔਰ ਖੜੀ ਸ਼ਰੀਫ ਦੇ ਵਿੱਚ ਇੱਕ ਐਸਾ ਗਾਓਂ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਪ੍ਰੋਪਰ ਤਰੀਕੇ ਨਾਲ ਨੇਜ਼ਾਬਾਜ਼ੀ ਦੀ ਸਕਾਫਤ ਨੂੰ ਪ੍ਰਮੋਟ ਕਰ ਰਹੇ ਨੇ। ਇਸ ਵਕਤ ਅਗਰ ਖੜੀ ਸ਼ਰੀਫ ਦਾ ਕੰਪੈਰੀਜ਼ਨ ਕੀਤਾ ਜਾਏ ਐਜ਼ ਕੰਪੇਅਰ ਟੂ ਅਦਰ ਸਿਟੀਜ਼, ਤਾਂ ਇੱਥੇ 17 ਕਲੱਬਸ ਦਾ ਬਣ ਜਾਣਾ, ਇੰਟਰਡਿਊਸ ਹੋਣਾ, ਕੁਛ ਪੁਰਾਣੇ ਔਰ ਕੁਛ ਨਏ ਦਾ ਬਣਨਾ, ਇਸ ਚੀਜ਼ ਦਾ ਮੂੰਹ ਬੋਲਦਾ ਸਬੂਤ ਹੈ ਕਿ ਇੱਥੇ ਲੋਕ ਜਿਹੜੇ ਨੇ ਘੋੜਿਆਂ ਦੀ ਸਕਾਫਤ ਨੂੰ ਪਸੰਦ ਕਰ ਰਹੇ ਨੇ, ਨੇਜ਼ਾਬਾਜ਼ੀ ਦੀ ਸਕਾਫਤ ਨੂੰ ਔਰ ਖੂਬਸੂਰਤ ਕਲਚਰ ਨੂੰ ਲੈ ਕੇ ਚੱਲ ਰਹੇ ਨੇ। ਅਸੀਂ ਮੌਜੂਦਾ ਫਖਰੇ ਸੇਮ ਬਠਨੀਆਂ ਅਫਸਲਪੁਰ ਗਾਉਂ 'ਚ, ਔਰ ਸਾਡੇ ਨੇਜ਼ਾਬਾਜ਼ੀ ਦੇ ਇਸ ਖੂਬਸੂਰਤ ਸਕਾਫਤ ਦਾ ਆਗਾਜ਼ ਕਰਨ ਵਾਲੀ ਸ਼ਖਸੀਅਤ ਜਿਹੜੇ ਨੇ ਉਹ ਮੈਂ ਸਮਝਦੀ ਹਾਂ ਕਿ ਇੰਨੇ ਖੂਬਸੂਰਤੀ ਨਾਲ ਚੌਧਰੀ ਹਮਾਦ ਤਨਵੀਰ ਜਿਹੜੇ ਨੇ ਉਹਨਾਂ ਨੇ ਆਗਾਜ਼ ਕੀਤਾ, ਘੋੜਿਆਂ ਨੂੰ ਪਸੰਦ ਕੀਤਾ, ਔਰ ਇਸੇ ਪਸੰਦ ਦੇ ਪਿੱਛੇ ਲੱਬੈਕ ਕਰਨ ਵਾਲੀ ਸ਼ਖਸੀਅਤ ਚੌਧਰੀ ਦਿਲਪਜ਼ੀਰ ਸਾਹਿਬ ਨੇ, ਔਰ ਉਸ ਨੂੰ ਲੱਬੈਕ ਕਰਨ ਵਾਲੀ ਸ਼ਖਸੀਅਤ ਚੌਧਰੀ ਤਨਵੀਰ ਸਾਹਿਬ ਨੇ ਜਿਹੜੇ ਯੂਕੇ ਤੋਂ ਬਿਲੋਂਗ ਕਰਦੇ ਨੇ। ਮੈਂ ਸਮਝਦੀ ਹਾਂ ਕਿ ਓਵਰਸੀਜ਼ ਹੋਣੇ ਦੇ ਨਾਲ ਨਾਲ ਸਮਾਜੀ ਸਤਾ 'ਤੇ ਵੀ ਆਪਣੇ ਇਲਾਕੇ ਦੀ ਸਮਾਜਤ ਕਰਦਿਆਂ ਖੂਬਸੂਰਤ ਸਕਾਫਤ ਦਾ ਆਗਾਜ਼ ਕਰਨਾ, ਦੈਟਸ ਵੈਰੀ ਇੰਪੋਰਟੈਂਟ ਥਿੰਗ। ਆਓ ਤੁਹਾਡੀ ਮੁਲਾਕਾਤ ਚੌਧਰੀ ਦਿਲਪਜ਼ੀਰ ਸਾਹਿਬ ਨਾਲ ਕਰਵਾਉਂਦੇ ਹਾਂ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਜੀ? ਵਾਲਕੁਮ ਸਲਾਮ, ਠੀਕ ਠਾਕ ਜੀ, ਤੁਸੀਂ ਠੀਕ ਹੋ? ਅਲਹਮਦੁਲਿਲਾ। ਮਾਸ਼ਾਅੱਲਾ, ਬੜੀ ਖੂਬਸੂਰਤ ਸਕਾਫਤ ਹੈ ਜਿਹਦਾ ਆਗਾਜ਼ ਹਮਾਦ ਤਨਵੀਰ ਸਾਹਿਬ ਦੀ ਵਜ੍ਹਾ ਤੋਂ ਹੋਇਆ, ਕਿਸ ਤਰ੍ਹਾਂ ਔਰ ਕਿਦੋਂ ਤੁਸੀਂ ਇਸ ਖੂਬਸੂਰਤ ਸਕਾਫਤ ਦਾ ਹਿੱਸਾ ਬਣੇ? ਬਸ ਅਲਹਮਦੁਲਿਲਾ, ਬੱਚੇ ਦੀ ਸ਼ੌਂਕ ਸੀ ਜੀ ਜੀ, ਤੇ ਬੱਚਾ ਮੇਲੇ ਛੇਲੇ ਕਰਨਾ ਸੀ, ਦੇਖਣਾ ਸੀ ਅੱਗੇ ਪਿੱਛੇ ਦੋਸਤਾਂ ਨਾਲ ਜਾਣਾ ਆਉਣਾ, ਉਸ ਵਜ੍ਹਾ ਨਾਲ ਫਿਰ ਬੱਚੇ ਨੇ ਥੋੜ੍ਹਾ ਜਿਹਾ ਕਿਹਾ ਕਿ ਮੈਨੂੰ ਵੀ ਸ਼ੌਕ ਹੈ, ਅਤੇ ਇਸ ਬੱਚੇ ਨੇ ਸ਼ੌਕ ਨੇ ਅਲਹਮਦੁਲਿਲਾ ਜੇ ਸਾਨੂੰ ਫੀਲਡ ਵਿੱਚ ਲੈ ਆਉਂਦਾ, ਇਸ ਫੀਲਡ ਵਿੱਚ ਚੱਲੇ ਆਏ ਹਾਂ ਅਸੀਂ, ਅਤੇ ਅਲਹਮਦੁਲਿਲਾ ਅਸੀਂ ਹੁਣ ਦੂਸਰੀ ਦਫ਼ਾ ਜਿਹੜਾ ਮੇਲਾ ਵੈ, ਪਹਿਲੇ ਵੀ ਅਸਾਂ ਇੱਕ ਮੇਲਾ ਕੀਤਾ, ਅਸੀਂ ਅਲਹਮਦੁਲਿਲਾ ਇਹ ਦੇਖਦੇ ਹਾਂ ਕਿ ਚਲੋ ਲੋਕਾਂ ਵਾਸਤੇ ਥੋੜ੍ਹਾ ਜਿਹਾ ਨਾ ਉਹ ਜਾ ਆਊਟਿੰਗ ਹੋ ਜਾਂਦੀ ਹੈ ਥੋੜ੍ਹੀ ਜਿਹੀ ਬੱਚਿਆਂ ਨੂੰ, ਬਿਲਕੁਲ, ਅਤੇ ਅਲਹਮਦੁਲਿਲਾ ਇਸ ਦਫ਼ਾ ਵੀ ਅਸੀਂ 24 ਅਕਤੂਬਰ ਨੂੰ ਰੋਜ਼ ਜਮਰਾਤ ਨੂੰ ਇਨਸ਼ਾਅੱਲਾ ਉਸੇ ਜਗ੍ਹਾ ਪਰ ਉਸੇ ਗਰਾਊਂਡ ਵਿੱਚ ਅਸੀਂ ਮੇਲਾ ਦੇ ਰਹੇ ਹਾਂ ਅਲਹਮਦੁਲਿਲਾ, ਅਤੇ 50 ਟੀਮਾਂ ਦਾ ਅਸਾਂ ਇਨਸ਼ਾਅੱਲਾ ਅਲਹਮਦੁਲਿਲਾ ਇਨਵਾਈਟ ਹਨ ਅਸਾਂ ਕੋਲ। ਜ਼ਬਰਦਸਤ ਅਜੋ ਸਾਹਿਬ, ਜਿਸ ਤਰ੍ਹਾਂ ਤੁਸੀਂ ਸਕਾਫਤ ਦਾ ਆਗਾਜ਼ ਕੀਤਾ ਔਰ ਇਹਦੀ ਵਜ੍ਹਾ ਜਿਹੜੀ ਹੈ ਉਹ ਚੌਧਰੀ ਹਮਾਦ ਤਨਵੀਰ ਸਾਹਿਬ ਬਣੇ ਨੇ, ਜੀ ਜੀ, ਕਿੰਨੇ ਸਭ ਤੋਂ ਜ਼ਿਆਦਾ ਪ੍ਰਮੋਟ ਕੀਤਾ ਹੈ ਕਿ ਹਮਾਦ ਤਨਵੀਰ ਸਾਹਿਬ ਦੀ ਇਸ ਕੋਸ਼ਿਸ਼ ਨੂੰ ਅੱਗੇ ਲੈ ਕੇ ਜਾਇਆ ਜਾਏ? ਸਭ ਤੋਂ ਜ਼ਿਆਦਾ ਪਹਿਲੇ ਤਾਂ ਤਨਵੀਰ ਸਾਹਿਬ ਨੇ ਕੀਤਾ, ਮਾਸ਼ਾਅੱਲਾ, ਜਿਨ੍ਹਾਂ ਨੇ ਕਿ ਉਹਨਾਂ ਬੇਟੇ ਦੀ ਗੱਲ ਸੁਣੀ ਹੈ ਕਿ ਠੀਕ ਹੈ ਜੀ ਬੱਚੇ ਨਾਲ ਸ਼ੌਕ ਹੈ ਮੇਰੇ ਨਾਲ, ਤਾਂ ਅਲਹਮਦੁਲਿਲਾ ਫਿਰ ਉਸ ਤੋਂ ਜ਼ਿਆਦਾ ਅਮਾਦ ਤਨਵੀਰ ਨੇ ਕੀਤਾ ਕਿ ਸਾਡੇ ਇਸ ਵਾਸਤੇ ਫਿਰ ਉਹ ਟੀਮ ਕੈਪਟਨ ਵੀ ਅੱਜ ਬਣ ਗਏ ਇਸ ਕਲੱਬ ਦੇ, ਅਤੇ ਅਲਹਮਦੁਲਿਲਾ ਇਹ ਜਿਤਨਾ ਵੀ ਹੈ ਇਹ ਅਮਾਦ ਤਨਵੀਰ ਨੇ ਨਿਜ਼ਾਮ ਸਿਸਟਮ ਨੂੰ ਕੰਟਰੋਲ ਕੀਤੇ ਹੈ। ਜ਼ਬਰਦਸਤ। ਜਿਸ ਤਰ੍ਹਾਂ ਤੁਸੀਂ ਇਸ ਫੀਲਡ 'ਚ ਆਏ ਸੋ ਔਰ ਨਏ ਸੋ ਔਰ ਨੇਜ਼ਾਬਾਜ਼ੀ ਦੀ ਫੀਲਡ ਨੂੰ ਵਿੱਚ ਆਉਣਾ, ਓਬਵੀਅਸਲੀ ਇੱਕ ਬਹੁਤ ਬੜੀ ਰਿਸਪੋਂਸੀਬਿਲਟੀ ਹੈ, ਘੋੜਿਆਂ ਨੂੰ ਸੰਭਾਲਣਾ, ਬੰਨਣਾ, ਖੋਲ੍ਹਣਾ ਬੜੀ ਜ਼ਿੰਮੇਵਾਰੀ ਹੈ। ਸਿੱਖਣ 'ਚ ਤੁਹਾਡੇ ਕੌਣ ਉਸਤਾਦ ਸਨ ਔਰ ਕਿਹਨਾਂ ਨੇ ਤੁਹਾਨੂੰ ਸਿਖਾਇਆ? ਹਮਾਦ ਤਨਵੀਰ ਸਾਹਿਬ ਨੇ ਕਿਹਨੂੰ ਸਿਖਾਇਆ ਔਰ ਕਿਸ ਤਰ੍ਹਾਂ ਜਿਹੜਾ ਮਤਲਬ ਤੁਸੀਂ ਇੱਕ ਪਰਫੈਕਟ ਟੀਮ ਬਣੇ ਹੋ? ਸਭ ਤੋਂ ਪਹਿਲਾਂ ਤਾਂ ਅਸੀਂ ਆਪ ਜ਼ਿੰਮੇਦਾਰ ਹਾਂ ਜੀ ਜੀ, ਅਸੀਂ
ਗਾਵਾਂ ਮੱਝਾਂ ਇਸ ਨੇ ਅਸੀਂ ਰੱਖਦੇ ਹਾਂ ਅਤੇ ਇਸ ਤੋਂ ਬਾਅਦ ਅਲਹਮਦੁਲਿਲਾ ਅਸਾਂ ਨੇ ਮਾਤ ਤਨਵੀਰ ਨੇ ਉਸਤਾਦ ਹਨ ਰਾਜਾ ਹਰੂਨ ਮੁਸ਼ਤਾਕ ਸਾਹਿਬ ਹਨ ਅਤੇ ਅਲਹਮਦੁਲਿਲਾ ਉਹਨਾਂ ਨੇ ਅਮਾਤ ਤਨਵੀਰ ਨੂੰ ਜਿਹੜਾ ਇਸ ਨੇਜ਼ਾਬਾਜ਼ੀ ਨੇ ਆਗਾਜ਼ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਚੱਲਣਾ ਇਸ ਤਰ੍ਹਾਂ ਕਰਨਾ ਅਲਹਮਦੁਲਿਲਾ ਉਸ ਤਰ੍ਹਾਂ ਕਰਨੇ ਕਰਨੇ ਅੱਗੋਂ ਸਾਡਾ ਸਾਰਿਆਂ ਦਾ ਉਸਤਾਦ ਅਮਾਤ ਤਨਵੀਰ ਹੈ ਜੀ ਜੀ ਅਲਹਮਦੁਲਿਲਾ ਅਤੇ ਇਸ ਸ਼ੌਕ ਵਿੱਚ ਕੋਈ ਨਹੀਂ ਪਤਾ ਲੱਗਣਾ ਵੀ ਚਾਚਾ ਕੌਣ ਹੈ ਭਤੀਜਾ ਕੌਣ ਹੈ ਵਾਲਦ ਕੌਣ ਹੈ ਕਈ ਐਸਾ ਵੀ ਹੈ ਕਿ ਇੱਕ ਵਾਲਦ ਹੈ ਤਿੰਨ ਬੇਟੇ ਨੇ ਉਸਨੇ ਇਸ ਤਰ੍ਹਾਂ ਵੀ ਇੱਕ ਅਸਾਂ ਨੇ ਦੇਖਿਆ ਉਹ ਸਾਡੇ ਥੋੜ੍ਹੇ ਕਰੀਬ ਵੀ ਹੈ ਅਲਹਮਦੁਲਿਲਾ ਜੀ ਜੀ ਇਸ ਤਰ੍ਹਾਂ ਦੀ ਇੱਕ ਟੀਮ ਹੈ ਅਤੇ ਐਸਾ ਕੋਈ ਨਹੀਂ ਮਹਿਸੂਸ ਨਹੀਂ ਕਦੇ ਕੀਤਾ ਕਿ ਅੱਗੇ ਭਤੀਜਾ ਹੈ ਪਿੱਛੇ ਮੈਂ ਵਾਂ ਅਲਹਮਦੁਲਿਲਾ ਠੀਕ ਹੈ ਸ਼ਹਿਜ਼ਾਦਾ ਜੱਟਾਂ ਦਾ ਪਹਿਲਾ ਘੋੜਾ ਜਿਹਨੇ ਤੁਹਾਨੂੰ ਇਸ ਇਲਾਕੇ 'ਚ ਨਿਜ਼ਾਬਾਜ਼ੀ ਦੀ ਫੀਲਡ 'ਚ ਇੰਟਰੋਡਿਊਸ ਕੀਤਾ ਵੇ ਉਹਦੇ 'ਤੇ ਤੁਸੀਂ ਸਭ ਨੇ ਸਿੱਖਿਆ ਕਿਹੜੀ ਕੁਆਲਿਟੀਜ਼ ਨੇ ਸ਼ਹਿਜ਼ਾਦਾ ਜੱਟਾਂ ਦੇ ਵਿੱਚ ਜਿਹੜੀ ਵਰਿਆਮ 'ਚ ਨਹੀਂ ਹੈ ਔਰ ਵਰਿਆਮ 'ਚ ਐਸੀ ਕਿਹੜੀਆਂ ਨੇ ਜਿਹੜੀਆਂ ਸੁਲਤਾਨ 'ਚ ਨਹੀਂ ਹੈ ਅਲਹਮਦੁਲਿਲਾ ਜਿਹੜੀਆਂ ਕੁਆਲਿਟੀਆਂ ਸ਼ਹਿਜ਼ਾਦਾ ਜੱਟਾਂ ਵਿੱਚ ਹਨ ਜੀ ਜੀ ਉਹ ਅਲਹਮਦੁਲਿਲਾ ਉਸਦੀਆਂ ਇਹ ਕੁਆਲਿਟੀਆਂ ਕਿ ਅਸਾਂ ਨੇ ਜਿਤਨੇ ਛੋਟੇ ਯੰਗ ਯੂਨੀਅਨ ਬੱਚੇ ਨੇ ਜਿਸ ਵਿੱਚ ਮੈਂ ਖੁਦ ਆਪੂ ਸ਼ਾਮਿਲ ਹਾਂ ਬੜਾ ਬੰਦਾ ਇਹਨਾਂ ਨਾਲ ਚਾਚੂ ਇਹਨਾਂ ਨਾਲ ਕਿ ਅਸੀਂ ਸਭ ਨੇ ਜਿਤਨੇ ਵੀ ਜਿਹੜੇ ਹਾਂ ਅਸੀਂ ਉਸ ਉੱਪਰ ਸ਼ਹਿਜ਼ਾਦਾ ਜੱਟਾਂ ਉੱਪਰ ਇਹ ਟ੍ਰੇਨਿੰਗ ਲਈ ਹੈ ਤਾਂ ਅੱਜ ਅਲਹਮਦੁਲਿਲਾ ਅਗਰ ਅਸੀਂ ਜਿਹੜੇ ਮੇਲੇ ਕਰਦੇ ਹਾਂ ਗਰਾਊਂਡ ਵਿੱਚ ਜਾਂਦੇ ਹਾਂ ਇਹ ਸ਼ਹਿਜ਼ਾਦਾ ਜੱਟਾਂ ਦੀਆਂ ਮਿਹਰਬਾਨੀਆਂ ਉਸ ਘੋੜੇ ਦੀਆਂ ਦੇਖਿਆ ਜਾਏ ਤਾਂ 2.5 ਜਾਂ 3 ਸਾਲ ਦੇ ਡਿਊਰੇਸ਼ਨ ਦੇ ਵਿੱਚ ਦੂਸਰਾ ਮੇਲਾ ਲਗਵਾਉਣਾ ਆਖਣਾ ਬੜਾ ਆਸਾਨ ਹੈ ਲੇਕਿਨ ਐਕਸਪੈਂਸਿਵ ਅਗਰ ਦੇਖਿਆ ਜਾਏ ਤਾਂ ਜੋ ਸਭ ਕਾਫੀ ਐਕਸਪੈਂਸਿਵ ਵੀ ਹੈ ਸਭ ਤੋਂ ਜ਼ਿਆਦਾ ਇਹਦੇ 'ਚ ਸਪੋਰਟ ਕੀਤੀ ਸੀ ਔਰ ਕੈਸਾ ਬੈਕਅਪ ਰਿਹਾ ਫੈਮਿਲੀ ਦਾ ਗਾਉਂ ਦਾ ਸੇਮ ਬਟਨੀਆਂ ਦੇ ਲੋਕਾਂ ਦਾ ਅਲਹਮਦੁਲਿਲਾ ਸਭ ਨਾਲ ਤਾਂ ਅੱਛਾ ਸੀ ਜ਼ਬਰਦਸਤ ਅਤੇ ਇਸ ਮੇਲੇ ਨੂੰ ਅੱਗੇ ਬਣਾਉਣ ਵਾਸਤੇ ਸਜਾਉਣ ਵਾਸਤੇ ਸਭ ਤੋਂ ਬੜੀ ਜਿਹੜੀ ਕੋਸ਼ਿਸ਼ ਸੀ ਇਹ ਅਸਾਂ ਨੇ ਬੜੇ ਭਾਈ ਚੌਧਰੀ ਤਨਵੀਰ ਸਾਹਿਬ ਨੇ ਸੀ ਕਿ ਇਸ ਮੇਲੇ ਨੂੰ ਅੱਗੇ ਵੀ ਖੜਨ ਦੀ ਅਸਾਂ ਦੀ ਹੋਰ ਕੋਸ਼ਿਸ਼ ਹੈ ਅਲਹਮਦੁਲਿਲਾ ਇਸ ਦਫ਼ਾ ਇਨਸ਼ਾਅੱਲਾ ਅੱਲਾਹ ਹੈਰ ਕੀਤੀ ਤਾਂ ਥੋੜ੍ਹਾ ਜਿਹਾ ਚੇਂਜਿੰਗ ਹੋ ਸੀ ਇਸ ਮੇਲੇ ਵਿੱਚ ਉਹ ਵੀ ਚੌਧਰੀ ਤਨਵੀਰ ਸਾਹਿਬ ਨੇ ਇੱਕ ਰਜ਼ਾਮੰਦੀ ਨਾਲ ਔਰ ਉਹਨਾਂ ਨੇ ਖੁਆਇਸ਼ ਨਾਲ ਜ਼ਬਰਦਸਤ ਅੱਲਾ ਪਾਤਸ਼ਾਹ ਨਿਜ਼ਾਬਾਜ਼ ਕਲੱਬ ਦਾ ਬਣਾਉਣਾ ਆਰਗਨਾਈਜ਼ ਕਰਨਾ ਔਰ ਜ਼ੇਰੇ ਸਦਾਰਤ ਤੁਹਾਡੇ ਹੋਣਾ ਔਰ ਟੀਮ ਕੈਪਟਨ ਜਿਹੜੇ ਨੇ ਹਮਾਦ ਤਨਵੀਰ ਸਾਹਿਬ ਦਾ ਹੋਣਾ ਮੈਂ ਸਮਝਦੀ ਹਾਂ ਕਿ ਇੱਕ ਬਹੁਤ ਬੜੀ ਰਿਸਪੋਂਸੀਬਿਲਟੀ ਇੱਕ ਕਲੱਬ ਨੂੰ ਲੈ ਕੇ ਚੱਲਣਾ ਕਿਸ ਤਰ੍ਹਾਂ ਤੁਹਾਨੂੰ ਜ਼ਰੂਰਤ ਪੇਸ਼ ਆਈ ਕਿ ਆਪਣਾ ਹੀ ਕਲੱਬ ਹੋਣਾ ਚਾਹੀਦਾ ਐਸਾ ਨਹੀਂ ਸੀ ਮਸਲਾ ਕੋਈ ਕਲੱਬ ਕੇ ਆਲ ਹੋ ਕੇ ਆਪਣਾ ਬਸ ਇੱਕ ਇਹ ਇੱਕ ਫੀਲਡ ਐਸੀ ਹੈ ਕਿ ਜਿਸ ਤਰ੍ਹਾਂ ਇਸ ਫੀਲਡ ਵਿੱਚ ਚਲੇ ਜਾਓ ਬਾਹਰ ਚਲੇ ਜਾਓ ਤਾਂ ਉਸ ਵਿੱਚ ਜਿਹੜਾ ਇੱਕ ਸ਼ੌਕ ਐਸਾ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸਾਂ ਕੋਲ ਆਪਣਾ ਸਮਾਨ ਪੂਰਾ ਹੈ ਹਰ ਬੰਦੇ ਨਾਲ ਇਹ ਹੁੰਦਾ ਕਿ ਜਿਸ ਤਰ੍ਹਾਂ ਸਮਾਨ ਪੂਰਾ ਉਸ ਲੈ ਉਸਨੂੰ ਆਪਣਾ ਆਉਣਾ ਕਿ ਮੈਂ ਰਸਤਾ ਅਖਤਿਆਰ ਕਰਾਂ ਤਾਂ ਅਲਹਮਦੁਲਿਲਾ ਅਸਾਂ ਨੇ ਉਹ ਵੀ ਸਾਡੇ ਦਿਲ ਅਜ਼ੀਜ਼ ਹਨ ਭਾਈ ਨੇ ਰਾਜਾ ਹਰੂਨ ਮੁਸ਼ਤਾਕ ਸਾਹਿਬ ਅਲਹਮਦੁਲਿਲਾ ਅੱਜ ਵੀ ਅਸੀਂ ਉਹਨਾਂ ਨਾਲ ਜੁਆਇਨ ਹਾਂ ਕੋਈ ਐਸਾ ਮਸਲਾ ਨਹੀਂ ਹੈ ਜੀ ਜੀ ਅੱਜ ਹੀ ਹੋਈ ਨੇ ਅਸਾਂ ਨੇ ਬੜੇ ਭਾਈ ਨੇ ਕਾਬਲ ਇਤਰਾਮ ਵੀ ਹੈ ਅਤੇ ਅਲਹਮਦੁਲਿਲਾ ਉਹਨਾਂ ਨੇ ਵੀ ਰਜ਼ਾਮੰਦੀ ਸੀ ਕਿ ਠੀਕ ਹੈ ਮੇਰੇ ਯਾਰ ਤੁਸੀਂ ਸ਼ਾਗਿਰਦ ਦਿਓ ਅਤੇ ਤੁਸੀਂ ਹੁਣ ਆਪਣਾ ਕਲੱਬ ਨਵਾਂ ਬਣਾ ਲਓ ਅਸੀਂ ਫਿਰ ਬੜੇ ਭਾਈ ਨਾਲ ਮਸ਼ਵਰਾ ਕੀਤਾ ਉਹਨਾਂ ਆਖਿਆ ਕੋਈ ਨਹੀਂ ਅਗਰ ਸਾਡੇ ਤੁਸਾਂ ਬੱਚਿਆਂ ਨੇ ਉਸਤਾਦ ਰਾਜ਼ੀ ਤਾਂ ਫਿਰ ਤੁਸੀਂ ਬਣਾ ਲਓ ਅਸੀਂ ਫਿਰ ਅਲਹਮਦੁਲਿਲਾ ਉਹਨਾਂ ਦੀ ਰਜ਼ਾਮੰਦੀ ਨਾਲ ਔਰ ਚੌਧਰੀ ਤਨਵੀਰ ਸਾਹਿਬ ਜਿਹੜੇ ਬੜੇ ਭਾਈ ਉਹਨਾਂ ਦੀ ਰਜ਼ਾਮੰਦੀ ਨਾਲ ਉਹਨਾਂ ਕਿਹਾ ਕਿ ਅਸੀਂ ਅੱਲਾ ਬਾਦਸ਼ਾਹ ਨਿਜ਼ਾਬਾਦ ਕਲੱਬ ਫਿਰ ਅਸੀਂ ਆਪਣੇ ਕਲੱਬ ਦਾ ਨਾਂ ਜਿਹੜਾ ਰੱਖਿਆ ਹੈ ਅੱਲਾ ਬਾਦਸ਼ਾਹ ਨਿਜ਼ਾਬਾਦ ਕਲੱਬ ਫਖਰੇ ਸੀਮ ਟਨੀਆਂ ਅਫਜ਼ਲਪੁਰ ਜ਼ਬਰਦਸਤ ਅਜੋ ਸਾਹਿਬ ਜਿਸ ਤਰ੍ਹਾਂ ਆਜ਼ਾਦ ਕਸ਼ਮੀਰ ਦੀਆਂ ਖੂਬਸੂਰਤ ਸਰਸਬਜ਼ ਵਾਦੀਆਂ ਦੇ ਵਿੱਚ ਖੂਬਸੂਰਤ ਜੀ ਸਕਾਫਤ ਨੂੰ ਲੈ ਕੇ ਚੱਲਣਾ
ਕੈਸਾ ਲੱਗਦਾ, ਲੋਕਾਂ ਦਾ ਬੈਕਅਪ ਕੈਸਾ ਹੈ? ਸਭ ਤੋਂ ਵੱਡੀ ਗੱਲ ਕਿ ਓਬਵੀਅਸਲੀ ਅਫਜ਼ਲਪੁਰ ਦੇ ਲੋਕਾਂ ਵਾਸਤੇ ਇੱਕ ਨਿਆਂ ਸਿਸਟਮ ਸੀ ਇੱਥੇ, ਮਤਲਬ ਪਹਿਲੇ ਕੋਈ ਇਸ ਤਰ੍ਹਾਂ ਨਹੀਂ ਸਨ ਲੋਕ ਨਾ ਜਿਹੜੇ ਘੋੜਿਆਂ ਦੀ ਸਕਾਫਤ ਨੂੰ ਪ੍ਰਮੋਟ ਕਰਦੇ ਹੋਣ। ਕੈਸਾ ਲੋਕਾਂ ਨੂੰ ਕੈਸਾ ਲੱਗਾ ਤੁਹਾਡਾ ਸ਼ੌਕ? ਅਲਹਮਦੁਲਿਲਾ ਬਹੁਤ ਅੱਛਾ, ਇਹਨਾਂ ਲੋਕਾਂ ਨਾਲ ਸਾਡੇ ਨਾਲ ਅੱਛਾ ਤਾਵਨ ਹੈ, ਸਭ ਤੋਂ ਬੜਾ ਕਿ ਇਹਨਾਂ ਲੋਕਾਂ ਨਾਲ ਬਹੁਤ ਸਾਡੇ ਨਾਲ ਪਿਆਰ ਹੈ ਅਤੇ ਸਭ ਨੇ ਇਹ ਕਿਹਾ ਕਿ ਬਹੁਤ ਅੱਛਾ ਸ਼ੌਕ ਹੈ। ਅਤੇ ਕਿਸੇ ਟਾਈਮ ਵੀ ਕਿਸੇ ਜਗ੍ਹਾ ਵੀ ਸਾਡੇ ਜਿਹੜੇ ਆਪਣੇ ਇਹ ਤਿੰਨ ਗਾਉਨ ਸੀਮ ਬਟਨੀਆਂ ਅਫਜ਼ਲਪੁਰ ਅਤੇ ਉਹਨਾਂ ਨੇ ਇਹ ਖੁਆਇਸ਼ ਹੈ ਕਿ ਕਿਸੇ ਜਗ੍ਹਾ ਵੀ ਅਗਰ ਸਾਡੀ ਜ਼ਰੂਰਤ ਹੋਵੇ ਤਾਂ ਅਸੀਂ ਇਨਸ਼ਾਅੱਲਾ ਤੁਸਾਂ ਨਾਲ ਚੱਲਣ ਨੂੰ ਤਿਆਰ ਹਾਂ। ਜਿਸ ਜਗ੍ਹਾ ਵੀ ਜਾਓ ਅਸੀਂ ਅਲਹਮਦੁਲਿਲਾ ਤੁਸਾਂ ਨਾਲ ਹਾਂ। ਜ਼ਬਰਦਸਤ। ਅੱਛਾ ਸਭ ਤੁਹਾਡੇ ਕੋਈ ਫੇਵਰੇਟ ਸ਼ਾਹ ਸਵਾਰ ਜਿਹਨਾਂ ਨੂੰ ਤੁਸੀਂ ਪਸੰਦ ਕਰਦੇ ਹੋ, ਉਹ ਲੱਗਦਾ ਹੋਏ ਕਿ ਬੜਾ ਪਰਫੈਕਟ ਜਿਹਾ ਸ਼ਾਹ ਸਵਾਰ ਹੈ, ਲੱਗਦਾ ਹੋਏ ਕਿ ਬੜੇ ਅੱਛੇ ਅੰਦਾਜ਼ ਨਾਲ ਬੈਠਦਾ, ਕਿਲਾ ਬੜੇ ਅੱਛੇ ਅੰਦਾਜ਼ ਨਾਲ ਮਾਰਦਾ, ਕੋਈ ਐਸਾ ਬੰਦਾ? ਅਲਹਮਦੁਲਿਲਾ ਪੂਰੀ ਦੁਨੀਆ 'ਤੇ ਸ਼ੌਕ ਹੈ, ਅੱਛਾ ਸ਼ੌਕ ਹੈ ਔਰ ਅੱਛੇ ਸਵਾਰ ਹਨ। ਵੈਸੇ ਅਗਰ ਮੇਰੇ ਕੋਲ ਦਿਲ ਗੁਲ ਪੁੱਛੇ ਤਾਂ ਮੈਂ ਮਾਂ ਤਨਵੀਰ ਹੈ, ਬੇਟਾ ਹੈ ਸਾਨਾ, ਬੜੇ ਭਾਈ ਨਾਲ ਬੇਟਾ ਹੈ ਔਰ ਮੇਰਾ ਭਤੀਜਾ ਹੈ, ਤਾਂ ਮੈਨੂੰ ਵੈਸੇ ਉਹ ਵੀ ਬਹੁਤ ਚੰਗਾ ਲੱਗਦਾ ਘਰ ਦਾ। ਜੀ ਜੀ ਸ਼ੌਕ ਅਲਹਮਦੁਲਿਲਾ ਬਹੁਤ ਅੱਛਾ ਸ਼ੌਕ ਹੈ ਔਰ ਨਵਾਬੀ ਸ਼ੌਕ ਹੈ। ਸਭ ਤੋਂ ਬੜੀ ਜਿਹੜੀ ਚੀਜ਼ ਹੈ ਕਿ ਇਹ ਸਾਡੇ ਪੈਗੰਬਰਾਂ ਦਾ ਵੀ ਸ਼ੌਕ ਹੈ ਅਲਹਮਦੁਲਿਲਾ, ਤੇ ਸੁਨਤ ਵੀ ਹੈ ਅਲਹਮਦੁਲਿਲਾ, ਬਾਰ ਬਹੁਤ ਅੱਛਾ ਸ਼ੌਕ ਹੈ। ਅਸੀਂ ਜਾ ਕਹਿੰਦੇ ਹਾਂ ਕਿ ਜਿਸ ਕਰਨਾ ਉਹ ਸ਼ੌਕ ਕਰੇ ਤਾਂ ਘੋੜਿਆਂ ਦਾ ਸ਼ੌਕ ਕਰੇ, ਔਰ ਚਾਹੇ ਉਹ ਇੱਕ ਰੱਖੇ ਚਾਹੇ ਉਹ ਦੋ ਰੱਖੇ, ਜਿਤਨੇ ਰੱਖੇ ਉਸਨੇ ਉਹ ਇੱਕ ਆਪਣੀ ਚੋਇਸ ਹੈ। ਬਾਕੀ ਅਲਹਮਦੁਲਿਲਾ ਅਗਰ ਸ਼ੌਕ ਹੈ ਤਾਂ ਅਸਾਂ ਕਿ ਜਿਹੜਾ ਚੰਗਾ ਲੱਗਾ ਉਹ ਘੋੜਿਆਂ ਦਾ ਸ਼ੌਕ ਚੰਗਾ ਲੱਗਿਆ। ਜੀ ਤੋਂ ਨਾਜ਼ਰੀਨ ਗੁਫ਼ਤਗੂ ਜਾਰੀ ਸੀ ਚੌਧਰੀ ਦਿਲਪਜ਼ੀਰ ਸਾਹਿਬ ਨਾਲ, ਔਰ ਬੜੇ ਅੱਛੇ ਤਰੀਕੇ ਨਾਲ ਆਪਣੇ ਇਲਾਕੇ ਦੇ ਸ਼ੌਕ ਦੇ ਬਾਰੇ 'ਚ ਓਪੀਨੀਅਨ ਦੇ ਰਹੇ ਸਨ ਲੋਕਾਂ ਨੂੰ। ਉਹਨਾਂ ਨੇ ਸਪੈਸ਼ਲ ਇਨਵੀਟੇਸ਼ਨ ਦਿੱਤਾ ਓਬਵੀਅਸਲੀ ਆਨ ਔਰ ਘੋੜਿਆਂ ਦੀ ਇਸ ਫੀਲਡ ਨੂੰ ਜੁਆਇਨ ਕਰਨ। ਹੁਣ ਅਸੀਂ ਤੁਹਾਡੀ ਮੁਲਾਕਾਤ ਹਮਾਦ ਤਨਵੀਰ ਸਾਹਿਬ ਨਾਲ ਕਰਵਾਉਂਦੇ, ਜਿਹੜੇ ਟੀਮ ਕੈਪਟਨ ਵੀ ਨੇ ਔਰ ਨਾਇਬ ਸਦਰ ਵੀ ਨੇ ਆਪਣੇ ਕਲੱਬ ਦੇ, ਉਹਨਾਂ ਕੋਲ ਪੁੱਛਦੇ ਹਾਂ ਕਿ ਐਜ਼ ਅ ਟੀਮ ਕੈਪਟਨ ਕਿਸ ਤਰ੍ਹਾਂ ਆਪਣੀ ਟੀਮ ਨੂੰ ਲੈ ਕੇ ਚੱਲ ਰਹੇ ਮੌਜੂਦ ਨੇ ਇਸ ਵਕਤ ਚੌਧਰੀ ਹਮਾਦ ਤਨਵੀਰ ਸਾਹਿਬ, ਜਿਨ੍ਹਾਂ ਦਾ ਮੈਂ ਇੰਟਰਡਿਊਸ ਕਰਵਾ ਰਹੀ ਸਾਂ ਕਿ ਉਹ ਐਜ਼ ਅ ਟੀਮ ਕੈਪਟਨ ਆਪਣੀ ਖਿਦਮਤ ਪੇਸ਼ ਕਰ ਰਹੇ ਨੇ, ਔਰ ਉਹਨਾਂ ਦੇ ਸ਼ੌਕ ਦੀ ਵਜ੍ਹਾ ਤੋਂ ਇਸ ਕਾਰ ਨੂੰ ਅਜ਼ਾਜ਼ ਹਾਸਲ ਹੋਇਆ, ਘੋੜਿਆਂ ਦੇ ਮਾਲਕ ਬਣੇ ਨੇ। ਅਸਲਾਮ ਅਲੈਕਮ ਜੀ, ਕੀ ਹਾਲ ਹੈ? ਵਾਲੇਕੁਮ ਸਲਾਮ, ਅਲਹਮਦੁਲਿਲਾ, ਆਪ ਸੁਣਾ ਜੀ? ਅਲਹਮਦੁਲਿਲਾ ਬਿਲਕੁਲ ਠੀਕ ਠਾਕ ਖੈਰੀਅਤ। ਹਮਾਦ ਸਾਹਿਬ, ਜਿਸ ਤਰ੍ਹਾਂ ਸੇ ਆਪ ਮਾਸ਼ਾਅੱਲਾ ਸੇ ਇੱਕ ਅੱਛੇ ਸ਼ਾਹ ਸਵਾਰ ਹੈ, ਯੰਗਸਟਰ ਹੈ, ਘੋੜੋਂ ਕਾ ਸ਼ੌਕ ਆਪਕੋ ਕਬ ਔਰ ਕਿਸ ਤਰ੍ਹਾਂ ਸੇ ਪੈਦਾ ਹੁਆ? ਮੁਝੇ ਘੋੜੋਂ ਕਾ ਸ਼ੌਕ ਜੋ ਹੈ ਨਾ ਵੋ ਬਚਪਨ ਸੇ ਥਾ। ਜੀ ਜੀ ਠੀਕ ਹੈ। ਮੈਨੇ ਘਰ ਵਾਲੋਂ ਕੋ ਬੋਲਾ ਔਰ ਉਹਨਾਂ ਨੇ ਬੋਲਾ ਕਿ ਚਲੋ ਮੈਟ੍ਰਿਕ ਕਰੋ, ਫਿਰ ਆਸਤਾ ਆਸਤਾ ਮੈਨੇ ਆਪਣੇ ਵਾਲਦ ਸਾਹਿਬ ਸੇ ਬਾਤ ਕੀ, ਠੀਕ ਹੈ, ਉਹਨਾਂ ਨੇ ਫਿਰ ਇੱਕ ਲੈ ਕੇ ਦੀ ਹੈ ਜਿਸ ਕਾ ਉਹ ਚਾਚੂ ਨੇ ਵੀ ਬਤਾਇਆ ਕਿ ਸ਼ਹਿਜ਼ਾਦਾ ਜੱਟਾਂ ਦਾ ਨਾਮ ਹੈ ਜੀ। ਉਸਨੇ ਫਿਰ ਹਮੇ ਹਮ ਸਭ ਕੋ ਜੋ ਹੈ ਨਾ ਟ੍ਰੇਨ ਕੀ ਹੈ, ਆਜ ਉਹ ਮੇਰੇ ਚਾਚੂ ਕੇ ਬੇਟੀਆਂ ਛੋਟੀ ਛੋਟੀ ਉਹ ਵੀ ਨਜ਼ਰਬਾਜ਼ੀ ਜੋ ਹੈ ਨਾ ਅਬ ਮਾਇਰ ਹੋ ਰਹੇ ਹੈ। ਤੋ ਇਸ ਤਰ੍ਹਾਂ ਸੇ ਇੱਕ ਘੋੜੇ ਸੇ ਸ਼ੌਕ ਸ਼ੁਰੂ ਹੈ, ਅਬ ਅਲਹਮਦੁਲਿਲਾ ਮੇਰੇ ਪਾਸ ਪੂਰੀ ਸੈਕਸ਼ਨ ਹੈ। ਮਾਸ਼ਾਅੱਲਾ ਜ਼ਬਰਦਸਤ। ਜਿਸ ਤਰ੍ਹਾਂ ਸੇ ਹਮਾਦ ਸਾਹਿਬ ਆਪ ਟੀਮ ਕੈਪਟਨ ਵੀ ਹੈ, ਤੋ ਆਪ ਕੇ ਉਸਤਾਦ ਕੌਣ ਹੈ, ਕਿਨ ਸੇ ਆਪ ਨੇ ਸਿੱਖਾ ਔਰ ਕਿਸ ਤਰ੍ਹਾਂ ਸੇ ਆਪ ਇਸ ਫੀਲਡ ਮੇ ਆਏ? ਜੀ ਮੇਰੇ ਉਸਤਾਦ ਰਾਜਾ ਅਰੁਣ ਮੁਸ਼ਤਾਕ ਸਾਹਿਬ ਹੈ ਜੀ ਜੀ, ਠੀਕ ਹੈ। ਮੈਨੇ ਸ਼ੁਰੂ ਸੇ ਜੋ ਵੀ ਹੈ ਨਾ ਵੋ ਮੁਕੰਮਲ ਉਨ੍ਹੀਂ ਸੇ ਸਿੱਖੇ, ਠੀਕ ਹੈ, ਔਰ ਵੋ ਬਹੁਤ ਅੱਛੇ ਥੇ, ਉਹਨਾਂ ਨੇ ਬਹੁਤ ਜੋ ਹੈ ਨਾ ਪਿਆਰ ਸੇ ਸਾਰਾ ਕੁਛ ਗਾਈਡ ਕੀਆ, ਮੁਝੇ ਸਮਝਾਇਆ ਕਿ ਯੇ ਰੋਂਗ ਹੈ ਯੇ ਰਾਈਟ ਹੈ ਯਹਾਂ ਪੇ ਐਸੇ ਕਰਨਾ ਹੈ, ਸਾਰਾ ਕੁਛ ਗਾਈਡ ਕੀਆ। ਅੱਜ ਅਲਹਮਦੁਲਿਲਾ ਉਨ੍ਹੀਂ ਦੁਆ ਕੇ ਸਾਥ ਔਰ ਉਨ੍ਹੀਂ
मुझे जो है ना बताने के साथ की वजह से आज मैं टीम कैप्टन बन गया। माशाल्लाह जबरदस्त। आज की भी दुआ है और मेरे घर वालों का भी सपोर्ट मेरे साथ है माशाल्लाह, जिसकी वजह से मैं टीम कैप्टन भी हूँ और अल्हम्दुलिल्लाह अब नाम भी है एक। माशाल्लाह जबरदस्त। अच्छा, जिस तरह से आपको पज़ीराई मिली है घोड़ों से और आपका शौक भी था, सबसे ज़्यादा आपका फेवरेट घोड़ा कौन सा? माशाल्लाह सुल्तान भी बहुत अच्छा है, उसमें भी क्वालिटीज़ है, मुश्किल कलर का है। अगर हम बात करें उसकी वरियाम की, तो उसमें भी है शहजादा जट्टा दा, ऑटोमेटिकली आपके घर का है, तो कैसे मतलब कौन से में आपकी क्वालिटीज़ नज़र आती हैं? घोड़े सारे जो है ना वो अच्छे भी हैं और मालक को तो कोई भी घोड़ा जो है ना बुरा नहीं लगता। Exactly. लेकिन इनमें से जो है सुल्तान है वो मेरा फेवरेट घोड़ा है और जो लगाओ मेरा उसके साथ है, सही। वो किसी और के साथ, मैं जितने भी मेले करता हूँ जो भी है वो उसी पे ही करता हूँ, सुल्तान पे जी, सुल्तान पे मैं करता हूँ मेले, और अल्हम्दुलिल्लाह एक दो मेले विन भी किए हैं उसी पे किए हैं। जबरदस्त। कहाँ कहाँ जाने का इत्तेफाक हुआ और मेला जात में स्पेसिफिक मेला जो आपको बड़ा पसंद आया हो, माहौल अच्छा हो, सबसे बड़ी बात यह कि एटमोसफेयर उन्होंने जो दिया हो, इंतजाम बड़े अच्छे हों? वो हमने जो है ना जेलम के जो है ना उधर गांव में मोटा जहांगीर नाम है जी, मोटा जहांगीर जी, वहाँ पे एक मेला किया था, वहाँ पे उन्होंने बहुत अच्छे जो है ना इंतजाम थे, बाकी उनका ग्राउंड भी बहुत अच्छा था, ठीक है। उसके बाद वो जो उनका नज्म व ज़ाब्ता सारा सिस्टम जो है ना वो बहुत अच्छा था ग्राउंड के लिहाज से, तो वहाँ पे जो है इनाम भी उन्होंने अच्छे रखे थे, ठीक है। बाकी ग्राउंड पर डिपेंड करता है, ग्राउंड अच्छा होना चाहिए, ठीक है, जहाँ पे घोड़े भागते हैं सारा सिस्टम है, ठीक है। अगर ग्राउंड ना ठीक हो तो गेम खराब हो जाती है, सही। जिस तरह से आप यंगस्टर हैं और घोड़ों की खुराक, घोड़ों का ख्याल रखना, उनकी केयर करना, उनको खोलना बांधना, स्पेशली कैजे करना जो है वो बड़ा इंपॉर्टेंट है, बेसिक वो उसमें आता है आगाज़ में ही, तो कितने टाइम के लिए आप डेली उनको काजे करते हैं और किस तरह से उनका ख्याल रखते हैं? जी हम उनको सुबह जो है ना नाश्ते से आधा घंटा पहले ठीक उनको कैजा कराते हैं, ठीक है, जिसमें उनका मुँह धुलाया जाता है वुज़ू करवा के, और बाकायदा तौर पे उनके मुंह में नमक लगाया जाता है ताकि उनका मुंह नरम हो जाए, ठीक है। उस आधे घंटे के बाद उनका मुंह धुलाया जाता है वापस, कैसे उतार के फिर घी वगैरह या मक्खन वगैरह जो भी आप इस्तेमाल कर सकते हैं करें, ठीक है। उसके बाद वो उनको इनके सीज़न के लिहाज से जो है ना वो इनकी खुराक होती है, सही। गर्मियों में और खुराक होती है, जो है सर्दियों में और खुराक होती है, ठीक है। उस लिहाज से अब जो मौसम जा रहा है इसमें इनको दाना वगैरह जो है ना अच्छा रखना चाहिए, जिसकी वजह से घोड़े फिर कमज़ोर भी नहीं होते और जो है ना वो बहादुर होते हैं। जो घोड़े कमज़ोर होते हैं वो ग्राउंड में जाके थोड़ी सी बद्दी करते हैं या जो भी होता है वो खुराक की होता है सर, खुराक की वजह से, बिल्कुल सही। अच्छा, जिस तरह से आपके वालिद साहब ने आपके बात पर लबैक कहा और माशाल्लाह से मैं समझती हूँ कि बहुत कम टाइम में दूसरा मेला ऑर्गेनाइज़ करने जा रहे हैं, क्या क्या इंतजाम हैं? आप चूँकि सारा ही डिपेंड करता है आप पर और आपके अंकल जो हैं चौधरी दिलपज़ीर साहब पर, किस तरह से सारी चीज़ें मैनेज करेंगे आप लोग? भले आपके साथ चौधरी अली शान भी हैं, अली तनवीर भी हैं, मतलब बाकी लोग भी जो हैं वो अदील तनवीर सॉरी हैं, जैनुल आबिदीन हैं, लेकिन किस तरह से सब मिलकर काम करेंगे? ये जो अभी एक मंथ रह गया ना मेले को जी, जी हमने आस्ता आस्ता इसकी प्लानिंग स्टार्ट कर ली है, ठीक है। उस लिहाज से हमने पहले डिसाइड किया होता है कि हमने इतनी टीमें बुलानी है, ठीक है। उस लिहाज से हम टीमों को दावत दी जाती है, बाकायदा जो है और बंदे की अपनी अपनी ड्यूटी लगवाई जाती है, ठीक है। उसने ये काम पूरा करना है, इसने ये करना है, और अल्हम्दुलिल्लाह अब दूसरा मेला भी करवाने जा रहे हैं। पहला मेला हुआ है और सब ने जो है ना पसंद भी किया है और सब अभी तक भी याद करते हैं कि वहाँ पे मेला हुआ था सीम बटनिया में। ज़बरदस्त। जिस तरह से आपका सेक्शन है तो आप टीम कैप्टन, काफ़ी रिस्पॉन्सिबिलिटीज़ बढ़ जाती हैं, सेक्शन में कौन कौन शामिल है आपके?
मेरी सेक्शन में हम जो है ना अपने कार के भी सवार हैं, चार पांच हैं, लेकिन जो हम अब फिल मौजूदा हाल में दौड़ते हैं ना, वो टीम कैप्टन तो मैं होता हूँ, मेरे साथ हैं चौधरी अली शान, ठीक है, उसके बाद मेरे चाचू दिलपजीर वो भी दौड़ते हैं, ठीक है, एक और हमारे साथ हमारा भाई है राजा फाक नाम है उसका, वो भी है, और जो राजा जैन है, ठीक है, वो भी हमारे साथ ही होते हैं, वो हम डिसाइड कर लेते हैं किसने दौड़ना है, किसने जो भी करना है, वो हम मौके पे डिसाइड कर लेते हैं। सही, जिस तरह से आपने एक खूबसूरत शो का आगाज़ किया और माशाल्लाह से आपका ख़ानदान जो है पाकिस्तान पंजाब में फेमस होना होने जा रहा है, होता जा रहा है माशाल्लाह से, तो आप आने वाली तमाम यंग जनरेशन को क्या पैगाम देंगे? ये है कि बाकी सब शौक से ये शौक है जो ये अलग भी है, मज़े का भी है, और सबसे मज़े की बात जब इस शौक में दिलचस्पी हो जाए ये किसी बुरे काम की तरफ नहीं जाने देगा, इसकी गारंटी है। आप तो माशाल्लाह से इसको कर रहे हैं ना। जी जी बिल्कुल, वो बंदे के जहन में वही बात होती है कि मैंने आगे जाना है ना कि गलत कामों की तरफ जाना है, ठीक है, ये काम ऐसे हैं कि ये बंदे को गलत काम की तरफ नहीं जाने देते, ठीक है, उसके बाद ये शौक जो है ना सबसे अच्छा शौक, अल्हम्दुलिल्लाह जिस घर में घोड़े होते हैं वहाँ से कभी भी रिजक ख़त्म नहीं होगा, ठीक है, और मुझे 2-3 साल हो गए हैं घोड़े रखे हुए, और अल्हम्दुलिल्लाह दिन ब दिन हमारे घर में बरकत का इजाफा ही हो रहा है, ठीक है, किसी चीज़ में कोई कमी नहीं है, और ये है कि सब लोग जो है ना ये शौक करें और इसका मज़ा भी देखें, सबसे अलग होगा, ये सोच कर रखे ना घोड़ा कि ये हमारे पैगंबर और नबी की सवारी है, और इनकी हम वो सोच कर खिदमत करें तो ये भी इनकी खिदमत है जो वो भी हमारे लिए बहस रहमत बन सकती है, ठीक है, और हमारी बख्शिश का जरिया भी बन सकती है। जी तो नाज़रीन जिस तरह से आपने गुफ्तगू सुनी है कि बहुत स्मॉलेस्ट यंगस्टर एज में मैं समझती हूँ कि एक अच्छे चीज़ का इंतखाब करना ये इस ख़ानदान के लिए सबसे बड़ी खुशकिस्मती की बात है, और सबसे बड़ी बात यह भी है कि चौधरी तनवीर साहब ने बला तख़ीर अपने बेटे का साथ दिया और दिलपजीर साहब ने जो है एक अच्छी नुमाइंदगी करते हुए मतलब इस शौक को भरपूर तरीके से ऐसे तरीके से दिखाया। मैं सब जिस तरह से आप जानते भी हैं कि अल्लाह पाक ने जो है घोड़े के माथे के ऊपर ता क़यामत तक हैर बरकत लिख दी है, और इसमें ये कोई भी नहीं तासर दिया गया कि कौन सी ब्लड लाइन का घोड़ा होगा तो हैर बरकत है, घोड़ा कोई भी हो जब आपके थान पर आपके घर पर मौजूद है तो ऑब्वियसली उसके माथे पर हैर बरकत है जो मालकान के लिए स्पेशल है और रिज़्क की फरावानी का सबसे बड़ा बाहिस भी है। इंशाल्लाह मेरी और आपकी मुलाकात होगी फिर किसी नए प्रोग्राम में, तब तक ले इजाज़त चाहती हूँ, अल्लाह हाफिज़, अल्लाह निगहबान।